ਜਿਹਦੀ ਜ਼ਮੀਨ ਦੀ ਵੈਲਿਊ 100 ਕਰੋੜ ਸੀਗੀ, ਜਿਹੜੇ ਪਲਾਂਟ ਦੇ ਕਬਾੜ ਦੀ ਵੈਲਿਊ ਮੈਕਸੀਮਮ 300 ਕਰੋੜ ਸੀ। ਇਹ 400 ਕਰੋੜ ਦਾ ਪੂਰਾ ਜੁਗਾੜ ਜਿਹੜਾ ਇਹ 'ਚ ਹੋਰ ਤੁਸੀਂ ਚਲੋ ਲਾ ਲਓ 500 ਕਰੋੜ ਦਾ ਪੂਰਾ ਜੁਗਾੜ ਜਿਹੜਾ ਹੈ, ਇਸ ਨੂੰ 11 ਕਰੋੜ ਤੁਹਾਡੇ 1100 ਕਰੋੜ ਤੁਹਾਡੇ ਪੱਲੇ ਪਵਾ ਦਿੱਤਾ ਅਰਵਿੰਦ ਕੇਜਰੀਵਾਲ ਜੀ ਨੇ। 600 ਕਰੋੜ ਰੁਪਈਆ ਜਿਹੜਾ ਫਾਲਤੂ 700 ਕਰੋੜ ਪੰਜਾਬ ਸਰਕਾਰ ਦਾ ਉੱਜੜ ਗਿਆ ਪੰਜਾਬ ਦੇ ਲੋਕਾਂ ਦਾ, ਇਹਦਾ ਹਿਸਾਬ ਕੌਣ ਦਊਗਾ? ਫਿਰ ਚੋਂ ਅਰਵਿੰਦ ਕੇਜਰੀਵਾਲ ਜੀ ਦੇ ਕਿੰਨੇ ਪੈਸੇ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਊਗਾ, ਜੇ ਨਹੀਂ ਪਤਾ ਮੈਂ ਦੱਸ ਰਿਹਾ ਹੈ। ਇਹ ਪਾਪ ਨਾ ਕਰੋ, ਇਹ ਪੰਜਾਬ ਦੇ ਜੁੰਮੇ, ਇਹ ਚਿੱਟਾ ਹਾਥੀ, ਇਹ ਬਰਬਾਦ ਹੋਇਆ ਪਲਾਂਟ ਨਾ ਪਾਓ, ਇਹ ਕਬਾੜ ਆ, ਇਹ ਬਰਬਾਦ ਆ, ਇਹਦੇ ਨਾਲ ਪੰਜਾਬ ਆਬਾਦ ਨਹੀਂ ਹੋਣਾ। ਸਤਿ ਸ਼੍ਰੀ ਅਕਾਲ, D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਪੰਜਾਬ ਸਰਕਾਰ ਵੱਲੋਂ GVK ਥਰਮਲ ਪਲਾਂਟ ਨੂੰ ਖਰੀਦਿਆ ਗਿਆ, ਜਿਸ ਤੋਂ ਬਾਅਦ ਸਿਆਸਤ ਭੱਖ ਗਈ ਹੈ। ਮਨਜਿੰਦਰ ਸਿੰਘ ਸਿਰਸਾ ਜੋ BJP ਦੇ ਲੀਡਰ ਨੇ, ਉਹਨਾਂ ਨੇ ਇਸ ਖਰੀਦ ਦੇ ਉੱਤੇ ਵੱਡੇ ਸਵਾਲ ਖੜ੍ਹੇ ਕੀਤੇ ਨੇ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਇਸ ਥਰਮਲ ਪਲਾਂਟ ਦੀ ਕੀਮਤ 500 ਕਰੋੜ ਤੋਂ ਵੱਧ ਨਹੀਂ, ਪਰ ਪੰਜਾਬ ਸਰਕਾਰ ਨੇ ਇਸ ਨੂੰ ਕਾਫੀ ਮਹਿੰਗਾ ਖਰੀਦ ਲਿਆ। ਭਗਵੰਤ ਮਾਨ ਜੀ ਨੇ ਕੱਲ੍ਹ ਪ੍ਰੈਸ ਕਾਨਫਰੰਸ ਕਰਕੇ ਬਹੁਤ ਵੱਡੀਆਂ ਗੱਲਾਂ ਦੱਸੀਆਂ ਔਰ ਸਾਰੇ ਪੰਜਾਬ ਨੂੰ ਵਧਾਈ ਦਿੱਤੀ ਕਿ GVK ਦਾ ਪਲਾਂਟ ਜਿਹੜਾ ਪਾਵਰ ਪਲਾਂਟ ਆ, ਉਹ 1080 ਕਰੋੜ ਰੁਪਏ 'ਚ ਪੰਜਾਬ ਦੀ ਸਰਕਾਰ ਨੇ ਖਰੀਦ ਲਿਆ ਹੈ। ਕਹਿੰਦੇ ਬਹੁਤ ਵੱਡਾ ਕੰਮ ਹੋ ਗਿਆ, ਇੰਨਾ ਵੱਡਾ ਤੀਰ ਮਾਰਕਾ ਅਸੀਂ ਕਰ ਦਿੱਤਾ ਵੀ ਕਦੀ ਕੋਈ ਕਰ ਹੀ ਨਹੀਂ ਸਕਿਆ। ਮੈਂ ਦੱਸਣਾ ਚਾਹੁੰਦਾ ਭਗਵੰਤ ਮਾਨ ਸਾਹਿਬ ਨੂੰ, ਇਹ ਸਾਰਾ ਕੰਮ ਅਰਵਿੰਦ ਕੇਜਰੀਵਾਲ ਜੀ ਇਸੇ ਤਰ੍ਹਾਂ ਦਿੱਲੀ 'ਚ ਕਰਦੇ ਸੀ। ਜਦੋਂ ਇਹਦਾ ਸ਼ਰਾਬ ਘੁਟਾਲਾ ਹੋਇਆ ਹੈ, ਇਸੇ ਤਰ੍ਹਾਂ ਪ੍ਰੈਸ ਕਾਨਫਰੰਸ ਅਰਵਿੰਦ ਕੇਜਰੀਵਾਲ ਜੀ ਨੇ ਔਰ ਮਨੀਸ਼ ਸਿਸੋਦੀਆ ਜੀ ਨੇ ਕੀਤੀਆਂ ਸੀ। ਬਹੁਤ ਵੱਡਾ ਚਮਤਕਾਰੀ ਕੰਮ ਕਰ ਦਿੱਤਾ ਅਸੀਂ ਹੁਣ ਸ਼ਰਾਬ ਦੇ ਅੰਦਰ ਪ੍ਰਾਈਵੇਟ ਲੋਕਾਂ ਨੂੰ ਲੈ ਕੇ ਆ ਗਏ ਹਾਂ, ਹੁਣ ਕਮਾਲ ਹੋ ਜੂਗੀ। ਔਰ ਨਿਕਲਿਆ ਕਿ ਆਪਣੇ ਦੋਸਤਾਂ ਨੂੰ ਸ਼ਰਾਬ ਦਾ ਕੰਮ ਦੇਣਾ ਸੀ, ਇਸ ਵਾਸਤੇ ਕੰਮ ਕੀਤਾ ਸੀ। ਇਸੇ ਤਰ੍ਹਾਂ ਭਗਵੰਤ ਮਾਨ ਜੀ, ਮੈਂ ਆਪਣੀ ਜਾਬ ਦੀ ਜਾਣਕਾਰੀ 'ਚ ਲਿਆਉਣਾ ਚਾਹੁੰਦਾ, ਇਹ ਸਾਰਾ ਕੰਮ ਜੋ ਤੁਹਾਡੇ ਤੋਂ ਅਰਵਿੰਦ ਕੇਜਰੀਵਾਲ ਜੀ ਕਰਵਾ ਰਹੇ ਨੇ, ਇਹ GVK ਦਾ ਇਹ ਬਰਬਾਦ ਹੋਇਆ ਪਲਾਂਟ ਸੀਗਾ, ਜਿਹਦੀ ਜ਼ਮੀਨ ਦੀ ਵੈਲਿਊ 100 ਕਰੋੜ ਸੀਗੀ, ਜਿਹੜੇ ਪਲਾਂਟ ਦੇ ਕਬਾੜ ਦੀ ਵੈਲਿਊ ਮੈਕਸੀਮਮ 300 ਕਰੋੜ ਸੀ। ਇਹ 400 ਕਰੋੜ ਦਾ ਪੂਰਾ ਜੁਗਾੜ ਜਿਹੜਾ ਇਹ 'ਚ ਹੋਰ ਤੁਸੀਂ ਚਲੋ ਲਾ ਲਓ 500 ਕਰੋੜ ਦਾ ਪੂਰਾ ਜੁਗਾੜ ਜਿਹੜਾ ਹੈ, ਇਸ ਨੂੰ 11 ਕਰੋੜ ਤੁਹਾਡੇ 1100 ਕਰੋੜ ਤੁਹਾਡੇ ਪੱਲੇ ਪਵਾ ਦਿੱਤਾ ਅਰਵਿੰਦ ਕੇਜਰੀਵਾਲ ਜੀ ਨੇ। 600 ਕਰੋੜ ਰੁਪਈਆ ਜਿਹੜਾ ਫਾਲਤੂ 700 ਕਰੋੜ ਪੰਜਾਬ ਸਰਕਾਰ ਦਾ ਉੱਜੜ ਗਿਆ ਪੰਜਾਬ ਦੇ ਲੋਕਾਂ ਦਾ, ਇਹਦਾ ਹਿਸਾਬ ਕੌਣ ਦਊਗਾ? ਇਹਦੇ 'ਚੋਂ ਅਰਵਿੰਦ ਕੇਜਰੀਵਾਲ ਜੀ ਦੇ ਕਿੰਨੇ ਪੈਸੇ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਊਗਾ, ਜੇ ਨਹੀਂ ਪਤਾ ਮੈਂ ਦੱਸ ਰਿਹਾ ਹੈ। ਇਹ ਪਾਪ ਨਾ ਕਰੋ, ਇਹ ਪੰਜਾਬ ਦੇ ਜੁੰਮੇ, ਇਹ ਚਿੱਟਾ ਹਾਥੀ, ਇਹ ਬਰਬਾਦ ਹੋਇਆ ਪਲਾਂਟ ਨਾ ਪਾਓ, ਇਹ ਕਬਾੜ ਆ, ਇਹ ਬਰਬਾਦ ਆ, ਇਹਦੇ ਨਾਲ ਪੰਜਾਬ ਆਬਾਦ ਨਹੀਂ ਹੋਣਾ, ਬਲਕਿ ਹੋਰ 1100 ਕਰੋੜ ਦੇ ਥੱਲੇ ਹੋਣ, ਅਤੇ ਫਿਰ ਇਹਨੂੰ ਠੀਕ ਚਾਲੂ ਕਰਨ ਦੇ ਅੰਦਰ ਔਰ ਇਸਦੀ ਮਿਨੀਮਮ ਜਿਹੜਾ ਹੈ ਮਹੀਨੇ ਦਾ ਜਿਹੜਾ ਖਰਚੇ ਪਾਉਣ ਦੇ ਚੱਲਦੇ ਚੱਲਦੇ 1000 ਕਰੋੜ ਦੇ ਥੱਲੇ ਪੰਜਾਬ ਦੀ ਸਰਕਾਰ ਨੇ ਆ ਜਾਣਾ ਹੈ। ਸੋ ਇਹ ਬੇਈਮਾਨੀ ਦਾ ਕੰਮ ਅਰਵਿੰਦ ਕੇਜਰੀਵਾਲ ਦੇ ਕਹਿਣ 'ਤੇ ਨਾ ਕਰੋ, ਇਹ GVK ਦਾ ਪਲਾਂਟ ਬਿਮਾਰੀ ਦਾ ਘਰ ਆ ਜਿਹੜਾ ਤੁਸੀਂ ਪੰਜਾਬ ਦੇ ਗਲ 'ਚ ਪਾਉਣ ਲੱਗੇ, ਜੇ ਮਾਰਾ ਸੱਪ ਪੰਜਾਬ ਦੇ ਗਲ 'ਚ ਪਾ ਦੇਣ ਲੱਗੇ। ਦੱਸ ਦਈਏ ਕਿ ਕੱਲ੍ਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਅਤੇ ਨਵੇਂ ਸਾਲ ਦਾ ਤੋਹਫਾ ਦਿੱਤਾ ਗਿਆ ਸੀਗਾ ਪੰਜਾਬ ਵਾਸੀਆਂ ਨੂੰ ਕਿ ਅਸੀਂ ਹੁਣ ਖੁਦ ਦਾ ਥਰਮਲ ਪਲਾਂਟ ਖਰੀਦ ਲਿਆ ਹੈ ਅਤੇ ਬਾਕੀ ਜਿਹੜੇ ਥਰਮਲ ਪਲਾਂਟ ਨੇ ਜਾਂ ਬਿਜਲੀ ਸਮਝੌਤੇ ਨੇ ਉਹਨਾਂ ਦੀ ਜਾਂਚ ਵੀ ਕਰਵਾਈ ਜਾਏਗੀ। ਪਰ GVK ਗੋਇੰਦਵਾਲ ਸਾਹਿਬ ਵਾਲਾ ਜਿਹੜਾ ਇਹ ਥਰਮਲ ਪਲਾਂਟ ਖਰੀਦਿਆ ਗਿਆ, ਇਹੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਿਆ। ਹੁਣ ਦੇਖਣਾ ਹੋਵੇਗਾ ਕਿ BJP ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੂੰ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਕੀ ਜਵਾਬ ਦਿੰਦੇ ਨੇ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦਵਾਜ਼, ਖੇਡ
ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।